حضرت ابن الحسن صلوات اللہ علیہ وعلیٰ آبائہ فی حاضر حسات و فی کل ساتھ انساد اللہ علیہ ونہار ولیوں و حافظوں و قائدوں و ناصروں و دلیلوں و اینن حتی تسکن و ارزاقاتوں و تمتیو فی حاضر یا رب محمد و آل محمد اجل فرج آل محمد رب صلی اللہ محمد والے محمد نعرہ تکبیر اللہ اکبر نعرہ رسالت یا رسول اللہ نعرہ حیدری یا علیہ السلام حق دا امام ہکی صلوات پڑھو با آواز بلند پڑھو کیونکہ کہ بڑا لیو بھائی جڑا ٹائم بچے نا اتنا ٹائم بچے کہ بھی جن دے وچ میں پڑھنے میرے بھرا علی سپتین بٹی صاحب پڑھنے جڑا ذاکر پڑھے وہ اپنی مرضی دا پڑھے میں صرف جناب کو ایک دو شعر قصیدے سنا ہوں بس ٹھیک ہے کیونکہ اس کے بعد میں رو وین کر کے اپنے بھائی کو ٹائم دوں بسم اللہ الرحمن قصیدہ میرا شروع حکم دی تمیل اچ میرا قصیدہ توجہ کرنی ہے اس قصیدے دے وچ میں مسلمانوں کو سوال ہی کیتن جواب ہی ہیں توجہ ان دے وچ میں دلیلاں ہی لکھن جڑا میں قصیدہ لکھے اس دے وچ میں دلیلاں لکھن مسلمان تے کو اپنے پیر سلامت سا کو اپنے پیر سلامت اسے قصیدے دے وچ میں اپنے پیر علی دی تعریف کیتی ہے اشفاق سے مولا سیہ تری بیٹو اپنے پیر علی دی تعریف کیتی ہے مسلمانوں دے پیران دی بھی میں تعریف کیتی ہے ہکی صلوات پڑھو تے با آواز بلند چا پڑھو اللہم صلی علی محمد و آل محمد جلدی ہے دعا مل گئی کیونکہ لمبے پڑھن دی ضرورت نہیں ایمیں سمجھو میرے بعد میں آپ پڑھنے پہلا سوال تے پہلی دلیل میں کہا تیرا پیرا ایک کعبے وچ تیرا مزہ حب میں من گنسا تیرا مزہ حب میں من گنسا میرے پیرے کو خود اللہ میں جو نثر کراں یا تشریح کراں مقدر دی بات نصیب اتنا جو ٹائم تھوڑا بچ گئے بس دوجی دلیل پیا دینا میں کہا تیرا پیر ہے تہ قصورت پکے داری ہپک دی نہیں پکے داری ہپک دی نہیں میرا پیر نبی دے کھیوڑا لیو میں اگر شیر پڑھا دیں تو چوڑا شیر ہیں صرف دو ترے شیر سن بس بسم اللہ کرا 18 ذی الحجہ دی رات
ਤਵੱਜੋ ਬਈ ਅਲੀ ਸੁਲਤਾਨ ਭੱਟੀ ਸਾਹਿਬ ਮੌਲਾ ਗਵਾਏ ਇਹ ਜ਼ਾਕਰੀਅਤ ਵੀ ਸ਼ਹਿਰੀਅਤ ਜੀ ਮੈਂ ਪਹਿਲੀ ਦਫ਼ਾ ਤਖੀਓਲ ਮੈਂ ਗਿਣਨਾ ਹਾਂ ਜਿਹੜਾ ਮੈਂ ਪੜ੍ਹਨ ਲੱਗਾ ਖੇਵੜਾ ਲੈ ਤਵੱਜੋ 18 ਰਜ਼ਲ ਹੈ ਦੀ ਰਾਤ ਹੋ ਗਈ ਸੁਬੋ ਅੱਲਾ ਨੇ ਫਰਮਾਇਆ ਜਬਰੀਲ ਜੀ ਰੱਬੇ ਦਲੀਲ ਮੇਰੇ ਮਹਿਬੀਬ ਕੋ ਆਖ ਬਈ ਇਹ ਖੁਮੇ ਗਦੀਰ ਦੇ ਮਕਾਮ 'ਤੇ ਦੇਰੇ ਲਾ ਦੇਵੇ ਦੇਰੇ ਲੱਗ ਗਏ ਅਜਣ ਪਾਕ ਮੁਹੰਮਦ ਅਰਬੀ ਨੇ ਆਪਣੇ ਭੀਰਾ ਜਨਾਬੇ ਅਲੀ ਸਲਾਮ ਦੀ ਵਿਲਾਇਤ ਦਾ ਐਲਾਨ ਹੀ ਨਾ ਕੀਤਾ ਐਲਾਨ ਨਾ ਹੋਇਆ ਐਲਾਨ ਥਿਵਣ ਤੋਂ 2 ਘੰਟੇ ਪਹਿਲੇ 4-5 ਬੰਦੇ ਇਕੱਠੇ ਥੀ ਕੇ ਅਲਹਿਦਾ ਵੰਜ ਬੈਠੇ ਯਾਨੀ ਪਾਕ ਨਬੀ ਦੀ ਸੋਹਣੀ ਕਚਹਿਰੀ ਛੋੜ ਕੇ ਅਲਹਿਦਾ ਵੰਜ ਬੈਠੇ ਇੱਕ ਬੰਦੇ ਆਖਿਆ ਰਾਤ ਮੈਂ ਖਾਬ ਡਿੱਠਾ ਹੈ ਤਵੱਜੋ ਉਹਨਾਂ ਕਾ ਖੈਰ ਦਾ ਖਾਬ ਹੈ ਅਜਣ ਐਲਾਨ ਨਾ ਹੋਇਆ ਐਲਾਨ ਤੂੰ ਵੀ 2 ਘੰਟੇ ਪਹਿਲੇ ਇੱਕ ਬੰਦੇ ਆਖਿਆ ਰਾਤ ਮੈਂ ਖਾਬ ਡਿੱਠੇ ਉਹਨਾਂ ਬੰਦਿਆਂ ਪੁੱਛਿਆ ਕਿਹੋ ਜਿਹਾ ਖਾਬ ਹੈ ਪਹਿਲਾ ਬੰਦਾ ਖਾਬ ਸੁਣਾ ਕੇ ਕਿਹਾ ਤਾਂ ਮੇਰੇ ਬੱਚ ਰਹਾ ਡਿੱਠਾ ਸ਼ੇਰ ਹੈ ਜੈ ਸ਼ੇਰ ਦੀ ਵਜ੍ਹਾ ਤੋਂ ਮੈਂ ਕੁਝ ਸੁਣੀ ਫਿਰਾਵਾਂ ਵੀ ਫੋਨ ਕੀਤੇ ਉਹਨਾਂ ਕਿ ਜ਼ਵਾਰਾਂ ਨੇ ਵੀ ਐਡਾ ਸ਼ੇਰ ਲਿਖੀ ਐਡੀ ਦਲੀਲ ਸੋਹਣੀ ਦਿੱਤੀ ਜੋ ਅਸਾਂ ਪਹਿਲੇ ਮੌਲਵੀ ਤਾਰਕ ਜਮੀਲ ਤੂੰ ਸੁਣੀ ਵਧੇ ਹਾਸੇ ਜੋ ਨਬੀ ਫਰਮਾਇਆ ਜਿਹਦਾ ਜਿਹਦਾ ਮੈਂ ਮੌਲਾ ਮੇਰੇ ਬਾਅਦ ਉਹਦਾ ਉਹਦਾ ਅਲੀ ਮੌਲਾ ਦੋ ਬੰਦਾ ਮੌਲਵੀ ਤਾਰਕ ਜਮੀਲ ਸਾਹਿਬ ਲੇਕਿਨ ਇਹ ਸ਼ੇਰ ਦਾ ਬੜਾ ਸਾਗ ਲੁਤਫ ਹੈ ਇਹ ਪਹਿਲੇ ਬੰਦੇ ਦਾ ਖਾਬ ਆ ਜੋ ਹੱਥ ਬਿਸਮਿਲ ਕਰਾ ਹੱਥ ਨੱਪ ਕੇ ਅਲੀ ਦਾ ਨਬੀ 1.25 ਲੱਖ ਡਿਖੇਂਦਾ ਪਏ ਦੂਜੇ ਬੰਦੇ ਇਹ ਇਸ ਅੰਦਾਜ਼ ਦੇ ਨਾਲ ਹੱਥ ਰੱਖ ਤੇ ਠੱਡਾ ਸਾਹ ਕੱਢ ਕੇ ਆਦੇ ਹੋ ਪਹਾੜ ਵਾਲੇ ਉੱਥੋਂ ਬਚੋ ਤੇ ਜੇ ਮੇਰੇ ਗੱਲ ਅਗਰ ਸ਼ੇਰ ਤੇਰੀ ਸਮਝ 'ਚ ਆ ਗਿਆ ਨਹੀਂ ਤਾਂ ਬਾਅਦ ਹੀ ਮੈਂ ਵਹਿਣ ਪੜਨਾ ਮੇਰੇ ਪਾਸ ਤਾਂ ਬਚੋ ਕਰਨੀ ਅੱਛਾ ਬਈ ਇਹ ਪਹਿਲੇ ਬੰਦੇ ਦਾ ਖਾਬ ਆ ਜੋ ਹੱਥ ਨੱਪ ਕੇ ਅਲੀ ਦਾ ਨਬੀ 1.25 ਲੱਖ ਡਿਖੇਂਦਾ ਪਏ ਦੂਜੇ ਬੰਦੇ ਜਾਏ ਠੱਡਾ ਸਾਹ ਖੇਡਾ ਨਾ ਊਂ ਤੂੰ ਪਹਿਲੇ ਬੰਦੇ ਸਵਾਲ ਕੀਤਾ ਖਾਬ ਤਾਂ ਮੈਂ ਡਿੱਠੀ ਬੈਠਾ ਜੋ ਹੱਥ ਨੱਪ ਕੇ ਅਲੀ ਦਾ ਨਬੀ 1.25 ਲੱਖ ਡਿਖੇਂਦਾ ਪਏ ਤੈਂ ਠੱਡਾ ਸਾਹ ਕਿਉਂ ਕੱਢੇ ਦੂਜਾ ਬੰਦਾ ਦੇਖ ਕੇ ਦੇ ਬਾਅਦ ਮੇਰਾ ਖਾਬ ਸੁਣਹਾ ਤੇਰੇ ਬਸ ਬਾਈ ਤਵੱਜੋ ਕਰਨੀ ਹੈ ਕਿਉਂਕਿ ਮੈਂ ਸ਼ੇਰ ਛੋੜੀ ਵੇਨਾ ਬਸ ਆਖਰੀ ਸ਼ੇਰ ਪੜ੍ਹਨਾ ਆਖਰੀ ਸ਼ੇਰ ਅੱਛਾ ਨਤੀਜਾ ਦੇਵਾਂ ਇਹ ਮਿੰਬਰ ਹੁਸੈਨ ਗਵਾਏ ਖੇਵੜਾ ਲਿਓ ਕਬਰ ਹੁਸੈਨ ਥਿਆ ਤੇ ਮੈਂ 6 ਸ਼ੇਰ ਛੋੜ ਲਈ ਤੈਨੂੰ ਬਾਈ ਦੀ ਖਾਤਰ ਜੋ ਇੱਕ ਰੂ ਵਹਿਣੀ ਮੈਂ ਸੁਣਾਵਾਂ ਮੇਰਾ ਜੋ ਵੀਰਾ ਵਾਦਾ ਜੋ ਕੀਤੀ ਖੜਾ ਮੇਰੇ ਬਾਅਦ ਜੋ ਮੈਂ ਆਪ ਪੜ੍ਹਨੇ ਤਾਂ ਵੱਧ ਮੈਂ ਲੰਬਾ ਕਿਵੇਂ ਦੇਵਾਂ ਤਵੱਜੋ ਕਰਨੀ ਹੈ ਨਤੀਜਾ ਦੇਵਾਂ ਮੈਂ ਹਰ ਮਿੰਬਰ 'ਤੇ ਆਦਾ ਵਧਾਂ ਬਈ ਮੁਸਲਮਾਨ ਮੌਲਾ ਅਲੀ ਨਾਲ ਦੁਸ਼ਮਣੀ ਨਾ ਕੀਤੀ ਕਰ ਤਵੱਜੋ ਅਲੀ ਨਾਲ ਦੁਸ਼ਮਣੀ ਚੰਗੀ ਨਹੀਂ ਅਲਾਮਾ ਵਜ਼ੀਰ ਹੈਦਰ ਨਜ਼ਫੀ ਸਾਹਿਬਾਨ ਉਹਨਾਂ ਅਬਦੁੱਲਾਪੁਰ ਆਖਿਆ ਅਜ਼ੀਜ਼ਾ ਨਬੀ ਦਾ ਫਰਮਾਨ ਈ ਅਲੀ ਨਾਲ ਦੁਸ਼ਮਣੀ ਮਾਂ ਦਾ ਗਿੱਲਾ ਈ ਦੁਸ਼ਮਣ ਕਰਾਂ ਅੱਛਾ ਨਤੀਜਾ ਦੇਵਾਂ ਜੈ ਜੈ ਬੰਦੇ ਮੌਲਾ ਅਲੀ ਨਾਲ ਦੁਸ਼ਮਣੀ ਕੀਤੀ ਹੈ ਉਹਨਾਂ ਦਾ ਅੰਜਾਮ ਕਿਉਂ ਹੈ ਕਿਵੇਂ ਮੇਰਾ ਬਚੜਾ ਰੱਖਾ ਜੈ ਬਿਸਮਿਲ੍ਲਾ ਕਰਾਂ ਟਾਈਮ ਨਹੀਂ ਬਸ ਮੁਖਤਸਰ ਕਰਾਂ ਸਮੇਂ ਤਾਂ ਗਿਆ ਉਸੇ ਹਕੀਰ ਸ਼ਾਮ ਫਕੀਰ ਸ਼ਾਮ ਜੈ ਜੈ ਬੰਦੇ ਜਿੱਥਾਂ ਜਿੱਥਾਂ ਮੌਲਾ ਅਲੀ ਨਾਲ ਦੁਸ਼ਮਣੀ ਕੀਤੀ ਹੈ ਉਹਨਾਂ ਦਾ ਅੰਜਾਮ ਕਿਉਂ ਕਿਵੇਂ ਮੈਨੂੰ ਬਚ ਰਹਾ ਰੱਖਾ ਜੈ ਅਜ ਰੋਦਾ ਨਜਾਬੇ ਅਸ਼ਰਫ ਚੂ
ਹਨ ਕੰਨ ਜ਼ਖਮੀ ਉਤੋਂ ਸ਼ਾਮ ਗਰੀਬਾਂ ਥੀ ਗਈ। ਸਵਾਲ ਕਰੋ ਮਾਸੂਮਾ ਕਹਿੰਦੀ ਲਾਸ਼ ਤੇ ਆਈਏ ਡੂਵੇ ਦੁੱਖੇ ਸੁਣ। ਜਦੋਂ ਛੋਟੇ ਬੱਚੇ ਤੇ ਕੋਈ ਜ਼ੁਲਮ ਕਰੇ ਉਹ ਮਾਨ ਗੁਲੇਂਦਾ ਮੇਰੀ ਸੈਨ ਕੁ ਜਦੋਂ ਸਿਮਰ ਮਾਰੇ ਮੇਰੀ ਸੈਨ ਕਿੱਥਾਂ ਆਈਏ ਕਿਸਮਤ ਕੇ ਨਹੀਂ ਇਸ ਅਹਿਲੀ ਅਕਬਰ ਦੀ ਲਾਸ਼ ਤੇ ਬਿਰਾ ਦੀ ਲਾਸ਼ ਦੇ ਨਾਲ ਮਾਸੂਮਾ ਇੱਕ ਡੁੱਖਾ ਵਹਿਣ ਕੀਤਾ ਤੇ ਰੋ ਕੇ ਆ ਦੀਏ ਤੈਨੀ ਅਲੀ ਅਕਬਰ ਦੀ ਲਾਸ਼ ਤੇ ਬਾਅਦ ਕਹਿੰਦੀ ਲਾਸ਼ ਤੇ ਗਈਏ ਉਹਦੀ ਲਾਸ਼ ਤੇ ਗਈਏ ਜਿਹੜਾ ਡੂਹੇ ਬਾਜ਼ੂ ਕਟਵਾ ਕੇ ਦਰਿਆ ਦੀ ਮਨ ਤੇ ਸਮ ਗਿਆ ਚਾਚੇ ਦੀ ਲਾਸ਼ ਤੇ ਇੱਕ ਡੁੱਖਾ ਵੈਣ ਕੀਤਾ ਮੈਡੀਸਨ ਰੋ ਕੇ ਕਿਆ ਦੇ ਮੇਰਾ ਬੱਚੜਾ ਆਖੇ ਗਾਜ਼ੀ ਦੀ ਲਾਸ਼ ਤੇ ਮਾਸੂਮਾ ਰੋ ਕੇ ਕਿਆ ਮੇਰਾ ਬੱਚੜਾ ਹੈ ਤੇ ਕੋਨੇ